ਸਤਿ ਸ਼੍ਰੀ ਅਕਾਲ ਜੀ। ਨੈਕਸਟ ਗੱਲ ਕਰਨ ਜਾ ਰਿਹਾ ਉਰਦੂ ਬਾਰੇ। ਜੋ ਤੁਸੀਂ ਸ਼ੋਰਟ ਹੈਂਡ ਸਟਾਰਟ ਕੀਤੀ ਸੀ, ਜਾਂ ਤੁਸੀਂ ਘਰੇ ਵੀ ਵਿਖਾਈ ਹੋਣੀ ਕਾਪੀ ਆਪਦੀ ਨੋਟਪੈਡ, ਜਾਂ ਕਿਸੇ ਦੋਸਤ ਨੂੰ ਤੁਹਾਡੀ ਨੋਟਪੈਡ ਦੇਖੀ ਹੋਊਗੀ ਸ਼ੋਰਟ ਹੈਂਡ ਲਿਖਦਿਆਂ ਦੀ, ਤੁਹਾਨੂੰ ਹਰੇਕ ਬੰਦੇ ਨੇ ਕਿਹਾ ਹੋਣਾ ਆਹ ਹੀ ਉਰਦੂ ਜਾਂ ਕਰੀ ਜਾਂਦਾ, ਆਹ ਹੀ ਉਰਦੂ ਲਿਖਣ ਲੱਗ ਪਿਆ, ਆਹ ਕਰੀ ਜਾਂਦਾ। ਤੁਹਾਡੇ ਘਰਦਿਆਂ ਨੇ ਵੀ ਕਿਹਾ ਹੋਣਾ, ਤੁਹਾਡੇ ਫਰੈਂਡ ਨੇ ਵੀ ਕਿਹਾ ਹੋਣਾ। ਉਹਦਾ ਅੱਜ ਜਵਾਬ ਦੇਣ ਲੱਗਾ ਮੈਂ, ਉਰਦੂ ਅਤੇ ਸ਼ੋਰਟ ਹੈਂਡ 'ਚ ਫਰਕ ਕੀ ਹੈਗਾ, ਸ਼ੋਰਟ ਹੈਂਡ ਅਤੇ ਉਰਦੂ ਦਾ ਲਿੰਕ ਕੀ ਹੈਗਾ, ਉਹ ਵੀ ਪਹਿਲਾਂ ਸੁਣ ਲਓ। ਜਿਨ੍ਹਾਂ ਸਟੂਡੈਂਟਾਂ ਨੂੰ ਜੱਜ ਪ੍ਰਬਿੰਦੀ, ਸੱਸ ਪ੍ਰਬਿੰਦੀ, ਬਿੰਦੀ ਵਾਲੇ ਜਿੰਨੇ ਅੱਖਰ ਹੈਗੇ, ਉਹਨਾਂ ਦੀ ਕੋਈ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਉਰਦੂ, ਫਾਰਸੀ, ਅਰਬੀ ਸਿੱਖਣੀ ਪੈਣੀ ਆ। ਜਿਹੜਾ ਕਲੀਅਰਲੀ ਉਹਦਾ ਡਾਊਟ ਕਲੀਅਰ ਕਰਨਾ ਚਾਹੁੰਦਾ ਵੀ ਮੈਨੂੰ ਜੱਜ ਪ੍ਰਬਿੰਦੀ ਦਾ ਪਤਾ ਨਹੀਂ ਲੱਗਦਾ, ਸੱਸ ਪ੍ਰਬਿੰਦੀ ਦਾ ਪਤਾ ਨਹੀਂ ਲੱਗਦਾ ਹੈਗਾ, ਫੱਫੇ ਪ੍ਰਬਿੰਦੀ, ਗੱਗੇ ਪ੍ਰਬਿੰਦੀ, ਅਤੇ ਇਹਨਾਂ ਦਾ ਪਤਾ ਨਹੀਂ ਲੱਗਦਾ ਹੈਗਾ, ਉਹਨਾਂ ਨੂੰ ਉਰਦੂ ਸਿੱਖਣਾ ਪੈਣਾ। ਮੈਂ ਆਪਦੇ ਵਟਸਐਪ ਗਰੁੱਪ ਦੇ ਵਿੱਚ ਉਹ ਫਾਈਲਾਂ ਵੀ ਸੈਂਡ ਕੀਤੀਆਂ ਸੀਗੀਆਂ ਲੋਕਡਾਊਨ ਤੋਂ ਜਦੋਂ ਸਟਾਰਟ ਹੋਇਆ। ਬਹੁਤ ਸਟੂਡੈਂਟ ਹੈਗੇ ਜਿਹੜੇ ਉਰਦੂ ਸਿੱਖ ਵੀ ਰਹੇ ਆ, ਜਿੰਨੇ ਜੱਜ ਪ੍ਰਬਿੰਦੀ ਵਾਲੇ ਅੱਖਰ ਹੈਗੇ ਆ ਉਹ ਸਾਰੇ ਉਰਦੂ ਵਿੱਚ ਆਪਣੀ ਭਾਸ਼ਾ ਵਿੱਚ ਆਏ ਹੋਏ ਆ। ਆਪਣੇ ਗੁਰੂ ਨੇ ਜਦੋਂ ਗੁਰਬਾਣੀ ਲਿਖੀ ਆ ਉਹਦੇ ਵਿੱਚ ਉਹਨਾਂ ਗੁਰੂਆਂ ਨੂੰ ਉਸ ਟਾਈਮ 'ਤੇ ਸਾਰੀ ਭਾਸ਼ਾ ਹੀ ਹੁੰਦੀ ਸੀਗੀਆਂ, ਪਰ ਜਦੋਂ ਗੁਰਮੁਖੀ ਬਣਾਈ ਗਈ ਉਦੋਂ ਸਾਰੇ ਅੱਖਰ ਕੁਛ ਅੱਖਰ ਜਿਹੜੇ ਇਹਦੇ ਵਿੱਚ ਲੋੜ ਸੀ ਉਹ ਪੰਜਾਬੀ ਵਿੱਚ ਪਾ ਲਏ ਗਏ। ਉਹ ਜਿਹੜੀ ਅਰਬੀ ਹੈਗੀ ਆ ਜਾਂ ਉਰਦੂ ਹੈਗੀ ਉਹ ਆਪਣੀ ਜਦੋਂ ਪੰਜਾਬੀ ਵਿੱਚ ਆ ਗਈ ਉਹ ਪੰਜਾਬੀ ਦੇ ਅੱਖਰ ਹੀ ਬਣ ਗਏ। ਬਹੁਤ ਇਸ ਤਰ੍ਹਾਂ ਦੇ ਵਰਡ ਹੈਗੇ ਆ ਜਿਵੇਂ ਜਜ਼ਬਾਤ, ਜ਼ਬਰਦਸਤ, ਗੁੰਜਾਇਸ਼, ਜਿਵੇਂ ਇਸ ਤਰ੍ਹਾਂ ਦੇ ਵਰਡ ਜਿਹੜੇ ਕਾਮਨ ਲੱਗਦੇ ਵੀ ਸ਼ਾਇਦ ਪੰਜਾਬੀ ਦੇ ਆ, ਪਰ ਅੱਖਰ ਉਹ ਹੈਗੇ ਉਰਦੂ ਦੇ ਆ। ਉਸ ਭਾਸ਼ਾ ਵਿੱਚੋਂ ਹੀ ਪੰਜਾਬੀ ਸ਼ੋਰਟ ਹੈਂਡ ਦੇ ਵਿੱਚ ਪੰਜਾਬੀ ਵਿੱਚ ਆਇਆ, ਜਿਹਨੂੰ ਆਪਾਂ ਹੁਣ ਵਰਤਦੇ ਹਾਂ ਉਹ ਸੇਮ ਸਾਊਂਡ ਹੋਣ ਕਰਕੇ ਕੋਈ ਫਰਕ ਨਾ ਹੋਣ ਕਰਕੇ। ਜੇ ਆਪਾਂ ਉਹ ਅਰਬੀ ਨੂੰ ਉਰਦੂ ਨੂੰ ਸਮਝ ਲੈਂਦੇ ਹਾਂ ਤਾਂ ਆਪਾਂ ਨੂੰ ਇਹ ਕਲੀਅਰ ਹੋ ਜਾਣਾ ਵੀ ਇਹ ਅੱਖਰ ਅਲੱਗ ਅਲੱਗ ਕਾਹਤੋਂ ਬਣਾਏ ਗਏ, ਜੱਜ ਪ੍ਰਬਿੰਦੀ ਕਿਉਂ ਅਤੇ ਜੱਜ ਪ੍ਰਬਿੰਦੀ ਤੋਂ ਬਿਨਾਂ ਵਾਲਾ ਅੱਖਰ ਦਾ ਕੀ ਡਿਫਰੈਂਸ, ਕੀ ਸਾਊਂਡ ਦਾ ਫਰਕ ਹੈਗਾ। ਉਹ ਇਹਦੇ ਵਿੱਚ ਉਰਦੂ ਮੈਂ ਲੋਕਡਾਊਨ ਤੋਂ ਪਹਿਲਾਂ ਸਟਾਰਟ ਕੀਤੀ ਸੀ, ਹੁਣ ਕਰਦੇ ਪਿਆ ਮੈਂ, ਕਾਫੀ ਸਿੱਖ ਲਈ ਮੈਂ, ਅਤੇ ਜਦੋਂ ਕੁਛ ਹੋਰ ਇਨਫੋਰਮੇਸ਼ਨ ਆਊਗੀ ਤੁਹਾਨੂੰ ਦੱਸੂਗਾ ਵੀ ਮੈਂ ਵੀ ਉਹਦਾ ਆਪਾਂ ਨੂੰ ਕੀ ਫਾਇਦਾ ਹੋਊਗਾ। ਅਤੇ ਜਿੰਨਾ ਕੁ ਮੈਨੂੰ ਹੁਣ ਤੱਕ ਪਤਾ ਲੱਗਾ ਆ, ਮੈਨੂੰ ਕਿਸੇ ਨੇ ਦੱਸਿਆ ਸੀ ਵੀ ਇੱਦਾਂ ਇਹ, ਮੈਂ ਪੁੱਛਿਆ ਸੀ ਵੀ ਅੱਖਰ ਕਿੱਥੋਂ ਆਏ ਇਹ ਵਾਲੇ ਜੱਜ ਪ੍ਰਬਿੰਦੀ ਵਾਲੇ, ਇਹਦਾ ਕੀ ਕੀ ਕਾਰਨ ਹੋਇਆ। ਜਦੋਂ ਮੈਨੂੰ ਇਹ ਦੱਸਿਆ ਵੀ ਇੱਦਾਂ ਹੋਇਆ ਤਾਂ ਫਿਰ ਮੈਂ ਇਹ ਉਰਦੂ ਸਟਾਰਟ ਕੀਤੀ। ਸ਼ੋਰਟ ਹੈਂਡ ਪੰਜਾਬੀ ਕਰਨ ਵਾਲਿਆਂ ਨੂੰ ਉਰਦੂ ਦੇ ਵਰਡ ਸਿੱਖਣੇ ਪੈਣਗੇ, ਉਰਦੂ ਕਰਨੀ ਪੈਣੀ ਆ। ਜੇ ਉਰਦੂ ਸਿੱਖ ਲਈ ਜੱਜ ਪ੍ਰਬਿੰਦੀ ਵਾਲਾ ਦਾ, ਸੱਸ ਪ੍ਰਬਿੰਦੀ ਦਾ ਫਿਰ ਵੀ ਆਪਾਂ ਨੂੰ ਸਾਊਂਡ ਤੋਂ ਪਤਾ ਲੱਗ ਜਾਂਦਾ, ਜੱਜ ਪ੍ਰਬਿੰਦੀ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ, ਇਸ ਕਰਕੇ ਉਹ ਉਰਦੂ ਦੇ ਜਿਹੜੇ ਵਰਡ ਹੈਗੇ ਆ ਉਹ ਸਿੱਖਣ ਲਈ ਉਰਦੂ ਨੂੰ ਸਿੱਖਣਾ ਪੈਣਾ। ਘੱਟੋ ਘੱਟ ਉਹਦੀ ਵਰਨਮਾਲਾ ਅਤੇ ਉਹਦੇ ਵਾਵਲ ਸਿੱਖ ਲਓ ਅਤੇ ਉਹਨੂੰ ਪੜ੍ਹਨਾ ਸਟਾਰਟ ਕਰ ਦਿਓ ਉਦੋਂ ਬਾਅਦ, ਠੀਕ ਹੈ? ਅਤੇ ਤੁਹਾਨੂੰ ਸਾਰਾ ਕਲੀਅਰ ਪਾ ਲੱਗ ਜਾਣਾ ਕਿੱਥੇ ਬਿੰਦੀ ਪੈਂਦੀ ਕਿੱਥੇ ਨਹੀਂ ਪੈਂਦੀ, ਠੀਕ ਹੈ? ਸੱਸੇ ਤਾਂ ਫਿਰ ਵੀ ਸੱਸੇ ਦਾ ਡਬਲ ਦਾ ਚੱਕਰ ਪੈਂਦਾ ਵੀ ਸੱਸਾ ਪਹਿਲੇ 'ਚ ਹੈ ਕਿ ਦੂਜੇ 'ਚ ਹੈਗਾ, ਠੀਕ ਹੈ? ਉਹਨੂੰ ਜਦੋਂ ਆਪਾਂ ਸਹੀ ਅੱਖਰ ਨੂੰ ਪ੍ਰਨਾਉਨ ਕਰਾਂਗੇ ਤਾਂ ਉਹ ਵੀ ਕਲੀਅਰ ਪਾ ਲੱਗਦਾ, ਆਪਾਂ ਉਹਨੂੰ ਅੱਖਰ ਨੂੰ ਬੋਲਦੇ ਗਲਤ ਆ ਤਾਂ ਨਹੀਂ ਪਾ ਲੱਗਦਾ ਵੀ ਬਿੰਦੀ ਕਿਹੜੇ 'ਚ, ਠੀਕ ਹੈ? ਜਿਵੇਂ ਸ਼ਾਸਨ, ਸ਼ਾਸਨ ਉਹ ਹੈ, ਸ਼ਾਸਨ ਸ਼ਾਸਨ ਉਹ ਜਦੋਂ ਬੋਲਣ ਵਿੱਚ ਜਦੋਂ ਆ ਜਾਂਦਾ ਅੱਖਰ ਵੀ ਬਿੰਦੀ ਕਿਹੜੇ 'ਚ ਬੋਲਦੇ ਪਏ ਆ ਤਾਂ ਉੱਥੇ ਕਨਫਿਊਜ਼ ਹੁੰਦੇ ਵੀ ਟੈਬ ਵੇਲੇ ਕੀ ਕਰਨਾ ਹੈਗਾ, ਠੀਕ ਹੈ? ਸੱਸੇ ਦਾ ਫਿਰ ਵੀ ਚਲੋ ਕਲੀਅਰ ਨਹੀਂ ਹੁੰਦਾ, ਦੱਜੇ ਦਾ ਕਲੀਅਰ ਆਪਾਂ ਨੂੰ ਜਾ ਕੇ ਉਰਦੂ ਵਿੱਚ ਹੀ ਹੋਣਾ ਹੈ। ਅਤੇ ਜਿਹੜਾ ਹੋਰ ਡਿਫਰੈਂਸ ਹੈਗਾ, ਦੋਨੋਂ ਅਲੱਗ ਅਲੱਗ ਭਾਸ਼ਾ ਹੈਗੀਆਂ, ਉਹ ਸਪੀਡ ਵਾਸਤੇ ਲਿਖਣ ਵਾਸਤੇ ਆ। ਜਿਹੜੀ ਸ਼ੋਰਟ ਹੈਂਡ ਹੈਗੀ ਆ ਉਹ ਲਿਖੀ ਅਤੇ ਪੜ੍ਹੀ ਜਾਂਦੀ ਆ, ਬੋਲੀ ਨਹੀਂ ਜਾਂਦੀ। ਉਰਦੂ ਹੈਗਾ ਲਿਖਿਆ ਵੀ ਜਾਂਦਾ, ਪੜ੍ਹਿਆ ਵੀ ਜਾਂਦਾ, ਬੋਲਿਆ ਵੀ ਜਾਂਦਾ ਹੈਗਾ। ਉਰਦੂ ਚੱਲਦੀ ਆ ਸੱਜੇ ਤੋਂ ਖੱਬੇ, ਅਤੇ ਜਿਹੜੀ ਆਪਣੀ ਸ਼ੋਰਟ ਹੈਂਡ ਹੈਗੀ ਉਹ ਚੱਲਦੀ ਆ ਸੱਜੇ ਤੋਂ ਖੱਬੇ, ਠੀਕ ਆ? ਜਿਹੜਾ ਵੈਸੇ ਡਿਫਰੈਂਸ ਹੈ ਉਹ ਇਹ ਆ, ਪਰ ਲੋੜ ਆਪਾਂ ਨੂੰ ਹੈਗੀ ਆ, ਉਰਦੂ ਆਪਾਂ ਨੂੰ ਸਿੱਖਣੀ ਪੈਣੀ ਆ। 15 ਕੁ ਦਿਨ ਦਾ ਕੋਰਸ ਹੈਗਾ ਜੇ ਤੁਸੀਂ ਕਰਨਾ ਚਾਹੁੰਦੇ ਹੋ, ਮੇਰੇ ਕੋਲ ਸਾਰੀਆਂ ਫਾਈਲਾਂ ਆਉਂਦੀਆਂ ਪਈਆਂ ਹੈਗੀਆਂ, ਉਹਨੂੰ ਸਟਾਰਟ ਕਰੋ। 15 ਦਿਨਾਂ 'ਚ ਤੁਹਾਨੂੰ ਕਲੀਅਰ ਹੋਣਾ ਜੱਜ ਪ੍ਰਬਿੰਦੀ ਦਾ ਸਾਰਾ ਰੌਲਾ, ਠੀਕ ਆ? ਅਤੇ ਬਾਕੀ ਜਿਹੜੇ ਉਸ ਤੋਂ ਇਲਾਵਾ ਕੁਛ ਹੋਰ ਅੱਖਰ ਹੈਗੇ ਆ, ਫੱਫੇ ਵਾਲੇ ਅੱਖਰ ਹੈਗੇ ਆ, ਕਾਨ ਸਿੰਘ ਨੇ ਜਦੋਂ ਇਹਦੇ ਵਿੱਚ ਐਡ ਕੀਤੇ ਆਪਣੀ ਵਰਨਮਾਲੇ ਦੇ ਵਿੱਚ, ਉਹ ਕੁਛ ਫਾਰਸੀ ਦੇ ਵਰਡ ਹੈ, ਕੁਛ ਖੁਦ ਬਣਾਉਣੇ ਪਏ ਉਹਨਾਂ ਦੀ ਸਾਊਂਡ ਨੂੰ ਫਰਕ ਰੱਖਣ ਵਾਸਤੇ। ਉਹ ਆਪਾਂ ਨੂੰ ਵੈਸੇ ਲੋੜ ਨਹੀਂ ਪੈਂਦੀ, ਜ਼ਿਆਦਾ ਅੱਖਰ ਨਹੀਂ ਆਉਂਦੇ ਉਹ, ਪਰ ਜੱਜੇ ਪ੍ਰਬਿੰਦੀ ਸੱਸ ਪ੍ਰਬਿੰਦੀ ਜ਼ਿਆਦਾ ਲੋੜ ਪੈਂਦੀ ਹੈ, ਇਸ ਕਰਕੇ ਆਪਾਂ ਨੂੰ ਉਰਦੂ ਸਿੱਖਣਾ ਹੀ ਪੈਣਾ ਆ, ਠੀਕ ਹੈ? ਸਿੱਖਣਾ ਉਹ ਬਸ ਮੈਂ ਤੋਂ ਪਹਿਲਾਂ ਲੈ ਲਓ ਅਤੇ ਕਰ ਦਿਓ ਸਟਾਰਟ। ਜਿਹੜੇ ਤਾਂ ਸ਼ੋਰਟ ਹੈਂਡ ਵਿੱਚ ਬੈਸਟ ਹੋਣਾ ਚਾਹੀਦਾ, ਟੋਪਰ ਹੋਣਾ ਚਾਹੀਦਾ। ਇੱਕ ਤਾਂ ਦਿੱਕਤ ਇਹ ਹੈਗਾ ਵੀ ਸਾਰੇ ਅੱਖਰ ਯਾਦ ਕਰ ਲਓ, ਲੱਭੀ ਚੱਲੋ ਅਤੇ ਯਾਦ ਕਰੀ ਚੱਲੋ, ਨੋਟਸ ਬਣਾਈ ਚੱਲੋ। ਇੱਕ ਉਹਦੀ ਉਹਦੀ ਥਿਊਰੀ ਸਮਝ ਲਓ ਵੀ ਇਹ ਅੱਖਰ ਆਉਂਦਾ ਕਿਉਂ ਆ। ਮੈਂ ਕਈ ਵੀਡੀਓ ਵਿੱਚ ਦੱਸਿਆ, ਜਿਹੜੀ ਆਪਣਾ ਮਹਾਨ ਕੋਸ਼ ਹੈਗਾ ਉਹਦੇ ਵਿੱਚ ਕਲੀਅਰ ਅੱਖਰ ਦੱਸੇ ਹੋਏ ਆ, ਕਿਹੜਾ ਅੱਖਰ ਵਿੱਚ ਬਿੰਦੀ ਪੈਂਦੀ, ਕਿੱਥੇ ਕਿਉਂ ਪੈਂਦੀ ਆ, ਉਹਦਾ ਰੀਜ਼ਨ ਦਿੱਤਾ। ਕਾਨ ਸਿਨਾਪਾ ਦਾ ਮਹਾਨ ਕੋਸ਼, ਬੁੱਕਸ ਹੈਗੀਆਂ ਸ਼ਬਦ ਕੋਸ਼ ਹੈਗਾ, ਮਹਾਨ ਕੋਸ਼ ਹੈਗਾ, ਵਿਸ਼ਵ ਕੋਸ਼, 3 ਬੁੱਕਸ ਹੁੰਦੀਆਂ। ਉਹਦੇ ਵਿੱਚੋਂ ਉਹ 'ਚ ਸਾਰਾ ਕਲੀਅਰ ਹੋ ਜਾਣਾ, ਕੋਈ ਅੱਖਰ ਆਏਗਾ ਜਿਵੇਂ ਜੱਜ ਪ੍ਰਬਿੰਦੀ ਵਾਲਾ ਕੋਈ ਅੱਖਰ ਆ ਗਿਆ, ਤੁਸੀਂ ਜਾਂ ਤਾਂ ਉਹਨੂੰ ਯਾਦ ਕਰ ਲਓ ਬਿੰਦੀ ਇੱਥੇ ਪੈਂਦੀ ਇੱਥੇ ਨਹੀਂ ਪੈਂਦੀ ਹੈਗੀ, ਅਤੇ ਜਾਂ ਉਹਦੀ ਥੁਰੀ ਪੜ੍ਹ ਲਓ, ਨਾਲ ਉਹਦੀ ਹਿਸਟਰੀ ਦਿੱਤੀ ਪੂਰੇ ਦੀ, ਵਿਸ਼ਵ ਕੋਸ਼ ਦੇ ਵਿੱਚ ਸਾਰੀ ਹਿਸਟਰੀ ਦਿੱਤੀ ਹੈ ਵੀ ਅੱਖਰ ਬਣਿਆ ਕਿੱਥੋਂ, ਵੀ ਕਿੱਥੇ ਇਹ ਯੂਜ਼ ਹੋਣਾ ਹੈ। ਜੋ ਤੁਹਾਨੂੰ ਉਹਦੀ ਹਿਸਟਰੀ ਪਾ ਲੱਗ ਗਈ ਵੀ ਅੱਖਰ ਨੂੰ ਬਣਾਇਆ ਕਿਵੇਂ ਹੈਗਾ, ਉਹ ਤੁਹਾਨੂੰ ਯਾਦ ਰਹੂਗਾ। ਡਾਇਰੈਕਟ ਅੱਖਰ ਇਕੱਠੇ ਯਾਦ ਕਰਨਾ ਔਖੇ ਆ,
ਠੀਕ ਹੈ। ਉਰਦੂ ਅਤੇ ਸ਼ੋਰਟ ਹੈਂਡ ਅਲੱਗ ਅਲੱਗ ਚੀਜ਼ਾਂ ਹੈਗੀਆਂ। ਸ਼ੋਰਟ ਹੈਂਡ ਆਪਾਂ ਸਪੀਡ ਵਾਸਤੇ ਲਿਖਦੇ ਹੈਗਾ, ਜਿਹੜੀ ਉਰਦੂ ਹੈਗੀ ਨੋਰਮਲ ਲੈਂਗੁਏਜ ਹੈਗੀ ਆ, ਠੀਕ ਆ। ਉਹ ਹਰੇਕ ਬੰਦੇ ਦੀ ਆਪਦੇ ਰੀਜ਼ਨ ਦੇ ਅਕੋਰਡਿੰਗ, ਆਪਦੇ ਦੇਸ਼ ਦੇ ਅਕੋਰਡਿੰਗ ਭਾਸ਼ਾ ਹੁੰਦੀ ਹੈ, ਜਿਵੇਂ ਆਪਣੀ ਹਿੰਦੀ ਹੈਗੀ ਆ, ਅਤੇ ਉਹ ਕਰਦੇ ਪਏ ਆਪਾਂ, ਠੀਕ ਆ। ਉਹਦਾ ਸ਼ੋਰਟ ਹੈਂਡ ਨਾਲ ਤਾਂ ਉਰਦੂ ਦਾ ਵੈਸੇ ਕੋਈ ਲਿੰਕ ਨਹੀਂ ਹੈਗਾ, ਪਰ ਉਰਦੂ ਦੇ ਵਰਡ ਪੰਜਾਬੀ ਵਿੱਚ ਬਹੁਤ ਹੈਗੇ ਆ। ਉਰਦੂ ਨੂੰ ਜਦੋਂ ਵੈਸੇ ਵੀ ਆਪਾਂ ਉਹਦੀ ਵਰਣਮਾਲਾ ਦੇਖਾਂਗੇ, ਉੱਥੋਂ ਕਲੀਅਰ ਆਪਾਂ ਨੂੰ ਪਤਾ ਲੱਗ ਹੀ ਜਾਣਾ ਵੀ ਇਹ ਤਾਂ ਆਪਣੇ ਪੰਜਾਬੀ ਵਾਲੇ ਅੱਖਰ ਹੀ ਆ, ਠੀਕ ਆ। ਬਹੁਤ ਈਜ਼ੀ ਹੈਗੀ ਵੇਖਣ ਨੂੰ ਆਪਾਂ ਨੂੰ ਲੱਗਦਾ ਵੀ ਜਦੋਂ ਆਪਾਂ ਵੀ ਇਹ ਕੀ ਲੜਾਈ ਮਾਰੀ ਹੋਈ ਆ, ਜਿਵੇਂ ਆਪਾਂ ਚਾਈਨਾ ਦੀ ਭਾਸ਼ਾ ਦੇਖਦੇ ਹਾਂ ਉਹ ਕਿਵੇਂ ਲੜਾ ਮਾਰਦੇ, ਆਪਾਂ ਲੱਗਦਾ ਬਹੁਤ ਡਿਫਿਕਲਟ ਹੋਊਗੀ। ਪਰ ਜਿਹੜਾ ਬੰਦਾ ਕੋਈ ਹੋਰ ਆਪਣੀ ਜਿਹਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਆਪਣੀ ਦੇਖਦਾ ਹੋਊਗਾ, ਉਹ ਵੀ ਕਹਿੰਦਾ ਮੈਂ ਊੜਾ ਕਿਵੇਂ ਬਣਾਇਆ ਗੋਲ ਕਰਕੇ, ਹੈ ਨਾ। ਉਹਦੇ ਆਪਾਂ ਨੂੰ ਉਹਨਾਂ ਦੀ ਭਾਸ਼ਾ ਲੱਗਦੀ ਪਈ, ਜਦੋਂ ਆਪਾਂ ਸਿੱਖ ਜਾਂਦੇ ਹਾਂ ਆਪਣੇ ਵਾਸਤੇ ਨੋਰਮਲ ਹੋ ਜਾਂਦੀ ਆ। ਜਿਵੇਂ ਬੱਚੇ ਨੇ ਪ੍ਰੈਕਟਿਸ ਕੀਤੀ ਸੀ 3 ਸਾਲ ਨਰਸਰੀ ਕੇ ਜੀ ਫਸਟ ਉੜੇ ਆੜੇ ਦੀ, ਉਦਾਂ ਹੀ ਨੋਰਮਲ ਦੀ ਪ੍ਰੈਕਟਿਸ ਕਰਨੀ ਪੈਣੀ, ਜਿਵੇਂ ਆਪਾਂ ਸ਼ੋਰਟ ਹੈਂਡ 'ਚ ਮਿਹਨਤ ਕੀਤੀ ਸਟਾਰਟਿੰਗ ਦੇ ਪਹਿਲੇ ਬੁੱਕ 'ਤੇ, ਉਦਾਂ ਹੀ ਇਹਦੇ ਵਿੱਚ ਉਰਦੂ ਵਿੱਚ ਵੀ ਮਿਹਨਤ ਕਰਨੀ ਪੈਣੀ, ਉਦਾਂ ਸਿੱਖਣ ਲਈ ਉਹਨੂੰ ਪ੍ਰੋਪਰ ਸਿੱਖਣ ਵਾਸਤੇ ਪੜ੍ਹਨ ਵਾਸਤੇ ਮਹੀਨਾ ਟਿਕਾ ਕੇ ਲੱਗਾ ਹੋਵੇ, ਤਾਂ ਦੋਨਾਂ 'ਚ ਲਿਖਣ ਅਤੇ ਪੜ੍ਹਨ ਵਿੱਚ ਤੁਸੀਂ ਮਾਰ ਹੋ ਸਕਦੇ ਹੋ। ਉਰਦੂ ਵਿੱਚ ਜੇ ਉਰਦੂ 'ਚ ਮਾਰ ਹੋ ਗਏ ਅੱਖਰ ਜ਼ਿਆਦਾ, ਉਹ ਜਦੋਂ ਵੀ ਪੈਰਾ ਕੋਈ ਬੋਲਿਆ ਜਾਂਦਾ ਜ਼ਿਆਦਾ ਅੱਖਰ ਉਰਦੂ ਦੇ ਜਿਹੜੇ ਆਪਾਂ ਨੂੰ ਲੱਗਦਾ ਡਿਫੀਕਲਟ ਆ, ਜਿਹੜੇ ਪਰਬਿੰਦੀ ਹਸਬਿੰਦੀ, ਉਹ ਜ਼ਿਆਦਾਤਰ ਅੱਖਰ ਉਰਦੂ ਫਾਰਸੀ ਦੇ ਹੀ ਹੈਗੇ ਆ ਜਾਂ ਅਰਬੀ ਦੇ ਅੱਖਰ ਹੈਗੇ ਆ, ਠੀਕ ਹੈ। ਬਸ ਉਹ ਜਦੋਂ ਆਪਣੀ ਵਰਨਮਾਲਾ ਬਣਾਈ ਗਈ ਪੰਜਾਬੀ ਦੇ, ਉਹ 'ਚ ਕੁਛ ਵਰਡ ਇੱਥੇ ਚੱਕ ਲਏ ਅਤੇ ਉਹਦੇ ਨੇ ਆਪਾਂ ਨੂੰ ਚੱਕਾਂ 'ਚ ਪਾਤਾ, ਠੀਕ ਆ। ਉਹ ਚੱਕਰਾਂ ਨਿਕਲਣ ਦਾ ਹੁਣ ਤਰੀਕਾ ਇਹੀ ਹੈ ਵੀ ਆਪਾਂ ਨੂੰ ਉਹ ਸਾਰੀਆਂ ਸਾਰੀਆਂ ਜਿਹੜੀਆਂ ਆਪਣੇ ਗੁਰੂ ਨੇ ਸਿੱਖੀਆਂ ਸੀ ਭਾਸ਼ਾਵਾਂ, ਅਤੇ ਉਹ ਵੀ ਨਾਲ ਸਿੱਖਣੀਆਂ ਪੈਣੀਆਂ, ਅਤੇ ਫਿਰ ਆਪਣਾ ਕਲੀਅਰ ਹੋਣਾ। ਨਹੀਂ ਤਾਂ ਆਪਾਂ ਤੁੱਕਾ ਲਾ ਕੇ ਆ ਜਾਣਾ, ਚਲ ਪਾ ਲਓ ਗਲਤ ਹੋ ਗਿਆ ਤਾਂ ਹੋ ਗਿਆ ਸਹੀ, ਪਰ ਹੁਣ ਇਹ ਚਾਂਸ ਨਹੀਂ ਹੈਗੇ, ਆਪਾਂ ਤੁੱਕਾ ਨਹੀਂ ਲਾ ਸਕਦੇ, ਆਪਾਂ ਨੂੰ ਜੈਕਟ ਅੱਖਰ ਸਹੀ ਪਾਉਣਾ ਪੈਣਾ, ਠੀਕ ਆ ਜੀ। ਥੈਂਕ ਯੂ ਜੀ, ਬਾਕੀ ਹੋਰ ਕੋਈ ਗੱਲਬਾਤ ਹੋਈ ਕਮੈਂਟ ਤੁਸੀਂ ਕਰਨਾ, ਠੀਕ ਹੈ ਜੀ। ਥੈਂਕ ਯੂ ਜੀ।